ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਆਸਟ੍ਰੇਲੀਆ ਨੂੰ ਲੈ ਕੇ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਸੋ ਅੱਜ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਰੀਜਨਲ ਸਟੱਡੀ ਦੇ ਬੈਨੀਫਿਟ। ਜੇ ਤੁਸੀਂ ਰੀਜਨਲ ਆਸਟ੍ਰੇਲੀਆ 'ਚ ਪੜ੍ਹਦੇ ਹੋ ਤਾਂ ਉਹਦੇ ਲੌਂਗ ਟਰਮ ਬੈਨੀਫਿਟ ਕੀ ਹੋ ਸਕਦੇ ਨੇ, ਸ਼ਾਰਟ ਟਰਮ ਬੈਨੀਫਿਟ ਕੀ ਨੇ, ਡਿਟੇਲ ਜਾਣਾਂਗੇ। ਵੀਡੀਓ ਨੂੰ ਐਂਡ ਤੱਕ ਦੇਖਿਓ, ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਅਪ ਟੂ ਡੇਟ ਇਨਫੋਰਮੇਸ਼ਨ ਤੁਹਾਡੇ ਤੱਕ ਆਉਂਦੀ ਰਹੇ। ਸਾਡਾ ਇੰਸਟਾਗ੍ਰਾਮ ਪੇਜ ਵੀ ਫੋਲੋ ਕਰ ਸਕਦੇ ਹੋ। ਅਪਲਾਈ ਕਰਨਾ ਚਾਹੁੰਦੇ ਹੋ TBO ਪੀਜ਼ਾ ਆਫਿਕ ਦੀ ਟੀਮ ਨੂੰ, ਤੁਸੀਂ ਕਾਲ ਕਰ ਸਕਦੇ ਹੋ 90 410 90 410, ਸਾਡੇ ਹੈਲਪਲਾਈਨ ਨੰਬਰ ਦੇ ਉੱਪਰ। ਸੋ ਆਸਟ੍ਰੇਲੀਆ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਅਗਲਾ ਜੁਲਾਈ ਇਨਟੇਕ ਜਿਹੜਾ ਉਹਦੀ ਐਡਮਿਸ਼ਨ ਸਟਾਰਟ ਹੋ ਚੁੱਕੀ ਹੈ। ਹੁਣ ਇੱਥੇ ਰੀਜਨਲ ਆਸਟ੍ਰੇਲੀਆ, ਰੀਜਨਲ ਆਸਟ੍ਰੇਲੀਆ ਪਹਿਲਾਂ ਹੈ ਕਿਹੜਾ ਇਹ ਸਮਝ ਲਈਏ ਥੋੜ੍ਹਾ ਜਿਹਾ। ਬ੍ਰਿਸਬੇਨ, ਸਿਡਨੀ, ਮੈਲਬਰਨ, ਜੋ ਸਿਟੀ ਏਰੀਆ ਆਪਾਂ ਛੱਡ ਦਈਏ, ਇਹਨੂੰ ਛੱਡ ਕੇ ਦੀ ਇੱਕ ਲਿਮਿਟੇਸ਼ਨ ਹੈ, ਸਿਟੀ ਏਰੀਆ ਨੂੰ ਛੱਡ ਕੇ ਰੈਸਟ ਆਫ ਜਿਹੜਾ ਆਸਟ੍ਰੇਲੀਆ ਹੈ ਦੈਟ ਇਜ਼ ਰੀਜਨਲ ਆਸਟ੍ਰੇਲੀਆ। ਰੀਜਨਲ ਆਸਟ੍ਰੇਲੀਆ 'ਚ ਪ੍ਰਾਈਮ ਸਿਟੀ ਪਰਥ ਵੀ ਆਉਂਦਾ ਹੈ, ਰੀਜਨਲ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਵੀ ਆਉਂਦਾ ਹੈ, ਰੀਜਨਲ ਆਸਟ੍ਰੇਲੀਆ ਦੇ ਵਿੱਚ ਗੋਲਡ ਕੋਸਟ ਵੀ ਆਉਂਦਾ ਹੈ, ਕੈਨਬਰਾ ਵੀ ਆਉਂਦਾ ਹੈ। ਇਹ ਸਾਰਾ ਉਹਨਾਂ ਨੇ ਰੀਜਨਲ 'ਚ ਪਾਇਆ ਪ੍ਰਮੋਟ ਕਰਨ ਲਈ ਕਿ ਬੱਚੇ ਜਿਹੜੇ ਆ ਆਹ ਤਿੰਨ ਸ਼ਹਿਰ ਬ੍ਰਿਸਬੇਨ, ਸਿਡਨੀ, ਮੈਲਬਰਨ, ਜਿੱਥੇ ਰਸ਼ ਬਹੁਤ ਹੋ ਚੁੱਕਿਆ ਆਲਰੇਡੀ, ਇਹਨਾਂ ਨੂੰ ਛੱਡ ਕੇ ਵੀ ਸਾਰੇ ਆਸਟ੍ਰੇਲੀਆ 'ਚ ਫੈਲਣੇ ਸਟਾਰਟ ਹੋਣ, ਤਾਂ ਹੀ ਕਰਕੇ ਉਹਨਾਂ ਨੇ ਇਸ ਨੂੰ ਪ੍ਰਮੋਟ ਕੀਤਾ। ਹੁਣ ਰੀਜਨਲ ਏਰੀਏ ਦੇ ਬੈਨੀਫਿਟ ਕੀ ਹੁੰਦੇ ਨੇ? ਰੀਜਨਲ ਏਰੀਏ ਦਾ ਸਭ ਤੋਂ ਵੱਡਾ ਬੈਨੀਫਿਟ ਤੁਹਾਨੂੰ ਮਿਲਦਾ ਹੈ ਪੋਸਟ ਸਟੱਡੀ ਵਰਕ ਪਰਮਿਟ ਦੇ ਵਿੱਚ। ਜੀ ਹਾਂ, ਜੇ ਤੁਸੀਂ ਰੀਜਨਲ ਆਸਟ੍ਰੇਲੀਆ 'ਚ ਪੜ੍ਹਦੇ ਹੋ ਤਾਂ ਤੁਹਾਨੂੰ ਦੋ ਦੀ ਜਗ੍ਹਾ 'ਤੇ 3 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ, ਤਾਂ 1 ਸਾਲ ਐਕਸਟਰਾ ਤੁਹਾਨੂੰ ਸਟੇ ਮਿਲ ਰਹੀ ਆ ਸਿਰਫ ਰੀਜਨਲ ਦੇ ਪੜ੍ਹਨ ਦੇ। ਇਹੀ ਬੈਨੀਫਿਟ ਨਹੀਂ ਹੈਗਾ, ਬੈਨੀਫਿਟ ਨੰਬਰ 2 ਬੜਾ ਇੰਪੋਰਟੈਂਟ ਹੈ। PR ਨੂੰ ਲੈ ਕੇ ਜਿਹੜੇ ਚੈਲੇਂਜ ਆਉਂਦੇ ਨੇ ਉਹਦੇ ਵਿੱਚ ਇੱਕ ਇੱਕ ਨੰਬਰ ਬੜਾ ਇੰਪੋਰਟੈਂਟ ਹੁੰਦਾ। ਰੀਜਨਲ ਸਟੱਡੀ ਦੇ ਤੁਹਾਨੂੰ 5 ਪੁਆਇੰਟ ਜਿਹੜੇ ਆ PR ਦੇ ਵਿੱਚ ਵੱਖਰੇ ਤੌਰ 'ਤੇ ਮਿਲਦੇ ਆ, ਵੱਖਰੇ ਤੌਰ 'ਤੇ ਮਿਲਦੇ ਆ 5 ਪੁਆਇੰਟ। ਇਹੀ ਅਗਰ ਤੁਸੀਂ ਰੀਜਨਲ 'ਚ ਰਹਿੰਦੇ ਹੋ, ਉੱਥੇ ਕੰਮ ਵੀ ਕਰਦੇ ਹੋ, ਉਸ ਤੋਂ ਬਾਅਦ ਤੁਹਾਨੂੰ ਰੀਜਨਲ ਏਰੀਆ ਦੇ ਅੰਡਰ ਜਿਹੜੇ ਨੋਮੀਨੇਸ਼ਨ ਹੁੰਦੇ ਨੇ ਉਹ ਸਾਰੇ ਸਟੇਟ ਦੇ ਹੁੰਦੇ ਨੇ। ਵਿਕਟੋਰੀਆ ਦਾ ਵੀ ਹੁੰਦਾ ਹੈ, ਉਹਦੇ ਵਿੱਚ ਨਿਊ ਸਾਊਥ ਵੇਲਜ਼ ਦਾ ਵੀ ਰੀਜਨਲ ਏਰੀਆ ਦੇ ਨੋਮੀਨੇਸ਼ਨ ਨਿਕਲਦੇ ਨੇ, ਉਹ PR ਵਾਸਤੇ ਤੁਹਾਨੂੰ ਹੋਰ ਨੋਮੀਨੇਸ਼ਨ ਮਿਲ ਸਕਦਾ, ਜਿਹੜੇ 15 ਕੁ ਪੁਆਇੰਟ ਹੋਰ ਮਿਲ ਜਾਂਦੇ। ਤਾਂ ਮਤਲਬ ਰੀਜਨਲ ਦੇ ਵਿੱਚ PR ਵਾਸਤੇ ਵੀ ਬੈਨੀਫਿਟ ਹੈਗਾ, ਪਲੱਸ 1 ਸਾਲ ਦੀ ਐਕਸਟਰਾ ਸਟੇ ਵੀ ਤੁਹਾਨੂੰ ਮਿਲਦੀ ਹੈ, ਜੇ ਕਿ ਬਹੁਤ ਇੰਪੋਰਟੈਂਟ ਹੈ। ਜਦੋਂ ਵੀਜ਼ਾ ਖਤਮ ਹੋ ਰਿਹਾ ਹੁੰਦਾ ਬੱਚੇ ਨੂੰ ਟੈਨਸ਼ਨ ਹੁੰਦੀ, ਲੇਕਿਨ 1 ਸਾਲ ਦਾ ਐਕਸਟਰਾ ਵੀਜ਼ਾ ਮਤਲਬ ਜ਼ਿਆਦਾ ਅਰਨਿੰਗ, ਜ਼ਿਆਦਾ ਟਾਈਮ ਇਹ ਫਾਈਂਡ ਆਊਟ ਕਰ ਲਏ ਕਿ PR ਵਾਸਤੇ ਹੋਰ ਕੀ ਕਰ ਸਕਦੇ, ਜੋ ਕਿ ਰੀਜਨਲ ਦੇ 5 ਪੁਆਇੰਟ ਮਾਇਨੇ ਰੱਖਦੇ ਆ ਜਦੋਂ ਕੱਟ ਆਫ ਨੂੰ ਲੈ ਕੇ ਚੈਲੇਂਜ ਨੇ। ਤਾਂ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਆਲਮੋਸਟ 1.5 ਤੋਂ 2 ਲੱਖ ਐਪਲੀਕੈਂਟ ਪੱਕੇ ਕਰਦਾ ਹਰ ਸਾਲ, ਉਹਨਾਂ ਵਿੱਚ ਆਉਣਾ ਵੀ ਇੱਕ ਚੈਲੇਂਜ ਹੁੰਦਾ, ਕਿਉਂਕਿ ਇਸ ਤੋਂ ਡਬਲ ਤੋਂ ਜ਼ਿਆਦਾ ਐਪਲੀਕੈਂਟ ਹਰ ਸਾਲ ਆਸਟ੍ਰੇਲੀਆ ਜਾਂਦੇ ਨੇ ਜੇ ਕੋਵਿਡ ਦਾ ਟਾਈਮ ਆਪਾਂ ਕੱਢ ਦਈਏ। ਤਾਂ ਰੀਜਨਲ ਏਰੀਆ ਦੇ ਬੈਨੀਫਿਟ ਵੀ ਹੈਗੇ ਨੇ। ਫਿਰ ਬੱਚਾ ਕਹਿੰਦਾ ਜੀ ਰੀਜਨਲ 'ਚ ਕੋਈ ਰਿਸ਼ਤੇਦਾਰ ਹੈ ਨਹੀਂ, ਬੜਾ ਦੂਰ ਜਾਣਾ ਪੈਣਾ, ਤਾਂ ਕਈ ਵਾਰ ਦੋਸਤੋ ਅਗਰ ਆਪਾਂ ਟਰਾਈ ਕਰਦੇ ਹਾਂ ਤਾਂ ਮੇਨ ਸਿਟੀ ਦੇ ਆਸ ਪਾਸ ਹੀ ਰੀਜਨਲ ਏਰੀਆ ਹੁੰਦਾ ਹੈ। ਫੋਰ ਐਗਜ਼ਾਮਪਲ, ਅਗਰ ਤੁਸੀਂ ਮੈਲਬਰਨ ਹੋ, ਮੈਲਬਰਨ ਤੋਂ 100 ਕੁ ਕਿਲੋਮੀਟਰ ਤੁਸੀਂ ਜਾਂਦੇ ਹੋ ਤਾਂ ਬੈਲਾਰੈਟ ਕਰਕੇ ਜਗ੍ਹਾ, ਉੱਥੇ ਫੈਡਰੇਸ਼ਨ ਯੂਨੀਵਰਸਿਟੀ ਦਾ ਕੈਂਪਸ ਹੈਗਾ। ਜਲੌਂਗ ਤੁਸੀਂ ਚਲੇ ਜਾਂਦੇ ਹੋ, ਉੱਥੇ ਤੁਹਾਨੂੰ ਡੈਕਿਨ ਦਾ ਮਿਲ ਸਕਦਾ। ਇੱਦਾਂ ਕਈ ਪ੍ਰਾਈਮ ਯੂਨੀਵਰਸਿਟੀ ਨੇ ਜਿਨ੍ਹਾਂ ਦੇ ਕੈਂਪਸ ਜਿਹੜੇ ਆ ਉਹ ਮੇਨ ਸਿਟੀ ਦੇ ਵੀ ਆਸ ਪਾਸ ਜਿਹੜੇ ਆ ਹੋ ਸਕਦੇ ਆ। ਨਹੀਂ ਤਾਂ ਗੋਲਡ ਕੋਸਟ ਕਿੰਨੀ ਵਧੀਆ ਸਿਟੀ ਹੈ, ਐਡੀਲੇਡ ਕਿਹੜਾ ਮਾੜਾ ਹੈ, ਪਰਥ ਕਿਹੜਾ ਮਾੜਾ ਹੈ, ਇੰਨੀਆਂ ਵਧੀਆ ਵਧੀਆ ਸਿਟੀ ਨੇ ਜਿਹੜੀਆਂ ਰੀਜਨਲ 'ਚ ਕਾਊਂਟ ਹੁੰਦੀਆਂ ਨੇ। ਤਾਂ ਇਹਦੇ ਬੈਨੀਫਿਟ 'ਤੇ ਲੌਂਗ ਟਰਮ ਸੋਚਣਾ ਚਾਹੀਦਾ ਜਦੋਂ ਆਪਾਂ PR ਦੀ ਗੱਲ ਕਰਦੇ ਹਾਂ। ਅਗਰ ਇਸ ਲੌਂਗ ਵੀਜ਼ਾ ਦੇ ਨਾਲ ਚੱਲੋਗੇ ਤਾਂ ਤੁਹਾਨੂੰ ਜਿਹੜਾ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਮਝ 'ਚ ਆ ਜਾਣਗੀਆਂ। ਨਹੀਂ ਤਾਂ ਬਾਕੀ ਯੂਨੀਵਰਸਿਟੀ ਵੀ ਸਾਡੇ ਕੋਲ ਹੈਗੀਆਂ ਨੇ, ਤੁਸੀਂ ਜਿਹੜਾ ਮੈਲਬਰਨ ਪੜ੍ਹ ਸਕਦੇ ਹੋ, ਤੁਸੀਂ ਸਿਡਨੀ ਜਾ ਸਕਦੇ ਹੋ, ਬ੍ਰਿਸਬੇਨ ਵੀ ਜਾ ਸਕਦੇ ਹੋ, ਡਿਸੀਜ਼ਨ ਤੁਹਾਡਾ ਹੈ। ਬਟ ਬੈਨੀਫਿਟ ਰੀਜਨਲ ਦੇ ਜਿਹੜੇ ਆ ਉਹਨਾਂ ਨੇ ਕੱਢੇ ਹੋਏ ਨੇ, ਤੇ ਅੱਗੇ ਚੱਲ ਕੇ ਹੋਰ ਪਾਲਿਸੀਜ਼ ਵੀ ਰੀਜਨਲ ਏਰੀਆ ਦੇ ਵਿੱਚ PR ਨੂੰ ਲੈ ਕੇ ਆ ਸਕਦੀਆਂ ਨੇ। ਲੌਂਗ ਵੀਜ਼ਾ ਲੈ ਕੇ ਚੱਲੋਗੇ ਤਾਂ ਤੁਹਾਡਾ ਹੀ ਬੈਨੀਫਿਟ ਜਿਹੜਾ ਹੋਏਗਾ। ਸੋ ਸਟੱਡੀ ਨੂੰ ਲੈ ਕੇ ਕੋਈ ਹੋਰ ਕੁਐਸਚਨ ਹੈ, ਅਪਲਾਈ ਕਰਨਾ ਚਾਹੁੰਦੇ ਹੋ, ਜੁਲਾਈ ਇਨਟੇਕ ਆਸਟ੍ਰੇਲੀਆ ਦਾ ਓਪਨ ਹੋ ਚੁੱਕਿਆ ਹੈ, 90 410 90 410 'ਤੇ ਕਾਲ ਕਰ ਲਓ ਜਾਂ ਆਫਿਸ ਆ ਕੇ ਮਿਲ ਸਕਦੇ ਹੋ। ਅੱਜ ਲਈ ਇੰਨਾ ਹੀ, ਧੰਨਵਾਦ।